जहां एक तरफ लिंग अनुपात के चलते कन्याओं की दर में निरंतर कमी हो रही है, इसी कड़ी के तहत आज फिरोजपुर प्रशासन एवं बाल विकास विभाग की ओर से जिला स्तरीय बेटी बचाओ बेटी पढ़ाओ की मुहिम के तहत एक कॉलेज में कई छोटी बेटियों का जन्म महोत्सव मनाया गया। इस मौके पर बेटी बचाओ बेटी पढ़ाओ के कई नाटक भी दिखाए गए। ਸਾਡੀਆਂ ਬੱਚੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ, ਜਿਸ ਤਰ੍ਹਾਂ ਗੇਮਸ ਦੇ ਵਿੱਚ ਆ ਰਹੀਆਂ, ਜਿਸ ਤਰ੍ਹਾਂ ਜੋਬਸ ਦੇ ਵਿੱਚ ਆ ਰਹੀਆਂ। ਔਰ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਪੋਲੀਟਿਕਸ ਦੇ ਵਿੱਚ ਵੀ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਤਾਂ ਕਿ ਜਿਹੜੀਆਂ ਸਾਡੀਆਂ ਬੇਟੀਆਂ ਹੈਗੀਆਂ ਘਰ ਘਰ ਜਾ ਕੇ ਉਹ ਲੋਕਾਂ ਦੀ ਸੇਵਾ ਕਰ ਸਕਦੀਆਂ। ਟੀਮ ਤਹਿਤ ਅੱਜ ਬੇਟੀ ਜਨਮ ਮਹੋਤਸਵ ਇੱਥੇ ਫਿਰੋਜ਼ਪੁਰ ਵਿਖੇ ਮਨਾ ਰਹੇ ਹਾਂ, ਸੋ ਦੈਟ ਕਿ ਅਸੀਂ ਲੋਕਾਂ ਦੇ ਅਮੰਗਸਟ ਇਸ ਪ੍ਰੋਗਰਾਮ ਬਾਰੇ, ਫੀਮੇਲ ਫਿਟਿਸਾਈਡ ਨਾ ਹੋਣ ਬਾਰੇ, ਬੇਟੀਆਂ ਨੂੰ ਪੜ੍ਹਾਉਣ ਬਾਰੇ, ਉਹਨਾਂ ਦੇ ਹੈਲਥ ਇਸ਼ੂਜ਼ ਨੂੰ ਐਡਰੈਸ ਕਰਨ ਬਾਰੇ ਇੱਕ ਅਵੇਅਰਨੈਸ ਸਪਰੈਡ ਕਰ ਸਕੀਏ। समारोह में फिरोजपुर देहात के एमएलए सत्कार कौर गहरी व जिला प्रशासन के कई अधिकारी भी मौजूद रहे। जागती लाइट के लिए फिरोजपुर से रतन लाल की रिपोर्ट।